welcome dear students today we are going to discuss about your eighth class english model test paper the pyare vidyarthiyu ajj apan toade layi athvi jama de english subject de model test paper nu hal karange jehda ke bilkul toade term one de paper de wang hovega is de vich vi term one de paper wang kul 40 prashn hone age 40 mcq 40 mcqs the 40 anka de hovega ਇਸ ਪੇਪਰ ਨੂੰ ਹੱਲ ਕਰਨ ਦੇ ਲਈ ਜੇ ਤੁਹਾਡਾ ਟਰਮ ਅੰਦਾ ਪੇਪਰ ਹੈਗਾ ਤੁਹਾਡੇ ਕੋਲ 1.5 ਘੰਟੇ ਦਾ ਸਮਾਂ ਹੋਏਗਾ ਠੀਕ ਹੈ ਜਨਰਲ ਇਨਸਟਰਕਸ਼ਨਸ ਪੜ ਲਿਆ ਭਾਈ ਇੱਕ ਵਾਰੀ ਦਾ ਕੁਐਸਚਨ ਪੇਪਰ ਕੈਰੀਜ਼ 40 ਕੁਐਸਚਨਸ 40 ਪ੍ਰਸ਼ਨੋ ਨੇ ਈਚ ਕੁਐਸਚਨ ਕੰਸਿਸਟਸ ਆਫ 1 ਮਾਰਕਸ ਹਰ ਪ੍ਰਸ਼ਨ ਦੇ ਲਈ ਇਕ ਅੰਕ ਦਿੱਤਾ ਜਾਏਗਾ ਆਲ ਕੁਐਸਚਨਸ ਆਰ ਕੰਪਲਸਰੀ ਸਾਰੇ ਪ੍ਰਸ਼ਨ ਜ਼ਰੂਰੀ ਲਾਜ਼ਮੀ ਹਨ ਨੋ ਚੋਇਸ ਇਜ਼ 기ਵਨ ਐਨੀ ਆਫ ਦਾ ਕੁਐਸਚਨ ਕਿਸੇ ਵੀ ਦੋ ਪ੍ਰਸ਼ਨਾਂ ਦੇ ਵਿੱਚਕਾਰ ਕੋਈ ਵੀ ਤੁਹਾਨੂੰ ਜਾ ਨਹੀਂ ਦਿੱਤੀ ਜਾਏਗੀ ਠੀਕ ਹੈ ਤਾਂ ਉਹ ਲੈਟਸ ਸਟਾਰਟ ਸ਼ੁਰੂ ਕਰਦੇ ਆਪਾਂ ਹੱਲ ਕਰਦੇ ਆਂਗੇ ਸਭ ਤੋਂ ਪਹਿਲਾਂ ਸੈਕਸ਼ਨ A ਰੀਡਿੰਗ ਸਕਿਲਸ ਲੁੱਕ ਐਟ ਦਾ ਫੋਲੋਇੰਗ ਪੋਸਟਰ ਕੇਅਰਫੁਲੀ ਐਂਡ ਅਨਸਰ ਦਾ ਕੁਐਸਚਨਸ 1 ਟੂ 4 기ਵਨ ਬਿਲੋ ਤਾਂ ਜਦੋਂ ਵੀ ਸਾਨੂੰ ਪੋਸਟਰ ਆਵੇ ਡਾਇਲੋਗ ਆਵੇ ਕੰਪਰੀਹੈਂਸ਼ਨ ਪੈਸੇਜ ਆਏ ਤਾਂ ਸਿੱਕੀ ਕਰਨਾ ਸਭ ਤੋਂ ਪਹਿਲਾਂ ਸਾਨੂੰ ਰੀਡ ਕਰਨਾ ਵਧੀਆ ਟੰਗ ਨਾਲ ਠੀਕ ਹੈ ਇੱਕ ਵਾਰ ਦੋ ਵਾਰ ਜਦੋਂ ਅਸੀਂ ਇਹਨੂੰ ਰੀਡ ਕਰ ਲਿਆ ਫਿਰ ਅਸੀਂ ਆਸਾਨੀ ਦੇ ਨਾਲ ਜਿਹੜੇ ਸਾਡੇ ਕੁਐਸਚਨ ਹੈਗੇ ਉਹਨਾਂ ਦੇ ਆਨਸਰ ਦੇ ਸਕਦੇ ਹਾਂ ਸੋ ਤੁਹਾਨੂੰ ਦੇਖੋ ਇਨਕਰੀਜ਼ਿੰਗ ਪਲਾਸਟਿਕ ਡੈਬ੍ਰੀਸ ਠੀਕ ਹੈ ਡੈਬ੍ਰੀਸ ਦਾ ਮਤਲਬ ਕਚਰਾ ਮਲਵਾ ਠੀਕ ਹੈ ਪਲਾਸਟਿਕ ਇਹਦਾ ਮਲਵਾ ਗੋਦੇ ਵਿੱਚ ਲਗਾਤਾਰ ਵਾਧਾ ਸਾਡਾ ਇਹ ਜਿਹੜਾ ਪੋਸਟਰ ਹੈਗਾ ਇਸ ਦੇ ਨਾਲ ਰਿਲੇਟਡ ਆ ਮੇਜਰ ਕੌਜ਼ ਫੋਰ ਕਨਸਰਨਸ ਵੇਲਸ ਵਰਲਡਵਾਈਡ ਆਰ ਵਾਸ਼ਿੰਗ ਅਪ ਔਨ ਬੀਚਸ ਵਿਦ ਸਟੋਮੈਚਸ ਐਂਡ ਇੰਟੈਸਟਾਈਨਸ ਸਟਫਡ ਫੁੱਲ ਆਫ ਪਲਾਸਟਿਕ ਐਂਡ ਅਦਰ ट्रैश नेक्स्ट, टू लैक सिक्सटी नाइन थाउजेंड टर्नस ऑफ प्लास्टिक डेबरिज फ्लोरस ऑन द सरफेस फोर मिलियन प्लास्टिक माइक्रोफाइबर स्क्र किलोमीटर इन द डीप सी, ठीक है? वट कैन वट यू कैन डू सू की करना चाहिए कर सकते सदे अडोप्ट आ प्लास्टिक फ्री लाइफ स्टाइल ਕਿ ਪਲਾਸਟਿਕ ਤੋਂ ਜਿਹੜਾ ਮੁਕਤ ਜੀਵਨ ਜਿਉਣਾ ਡੋਂਟ ਲਿਟਰ ਐਂਡ ਪਿਕ ਇਟ ਅਪ ਵੈਨ ਯੂ ਸੀ ਇਟ ਠੀਕ ਹੈ ਕੂੜਾ ਕਰਕਟ ਨਾ ਫੈਲਾਓ ਜਾਂ ਪਲਾਸਟਿਕ ਨੂੰ ਨਾ ਸੁੱਟੋ ਠੀਕ ਹੈ ਜਿੱਥੇ ਵੀ ਤੁਹਾਨੂੰ ਸੁੱਟਿਆ ਮਿਲਦਾ ਹੈ ਉਸ ਨੂੰ ਚੁੱਕ ਕੇ ਚੂਜ਼ ਗਲਾਸ ਔਰ ਪੇਪਰ ਪੈਕਿੰਗ ਅਬ ਓਵਰ ਪਲਾਸਟਿਕ ਪਲਾਸਟਿਕ ਦੀ ਜਗ੍ਹਾ ਤੇ ਪੇਪਰ ਜਾਂ ਗਲਾਸ ਦੇ ਬਣੇ ਜਿਹੜੇ ਬੈਗ ਆ ਉਹਨਾਂ ਦੀ ਵਰਤੋਂ ਕੀਤੀ ਜਾਵੇ ਵਾਸ਼ ਕਲੋਸ ਲੈਸ ਔਫਨ microfibers from washing enter waterways buy less buy second hand buy quality goods that last spread spread the word ਇਹਦੇ ਵਿੱਚੋਂ ਕੁਐਸਚਨ ਹੈ ਬਿਲਕੁਲ ਈਜ਼ੀ ਹੈ ਕਿ ਅਗਰ ਤੁਸੀਂ ਧਿਆਨ ਨਾਲ ਵੇਖਿਆ ਤਾਂ ਇਹਨਾਂ ਦੇ ਵਿੱਚ ਆਪਾਂ ਬੜੀ ਆਸਾਨ ਇਹਨਾਂ ਨੂੰ ਆਨਸਰ ਲੱਭ ਲੈਣੇ ਤਾਂ ਫਸਟ ਕੁਐਸਚਨ ਏ ਵਾਟ ਇਜ਼ ਦਾ ਪੋਸਟਰ ਅਬਾਊਟ ਦਾ ਪੋਸਟਰ ਦਾ ਸਬੰਧ ਕਿਹਦੇ ਨਾਲ ਹੈਗਾ ਇਨਕਰੀਜ਼ਿੰਗ ਪਲਾਸਟਿਕ ਡੈਬਰੀਜ ਲਗਾਤਾਰ ਵਧ ਰਿਆ ਪਲਾਸਟਿਕ ਦਾ ਮਲਵਾ ਦੇਖੋ ਡਿਕਰੀジング ਦਾ ਮਤਲਬ ਹੁੰਦਾ ਘਟਣਾ ਇਹ ਤਾਂ ਨਹੀਂ ਸਕਦਾ ਰਿਡਿਊਸਿੰਗ ਦਾ ਮਤਲਬ ਹੁੰਦਾ ਘਟਾਉਣਾ ਨਨ ਆਫ ði ਤਾਂ ਸਾਡੇ ਕੋਲ ਸੈਕਿੰਡ ਆਪਸ਼ਨ ਹੈਗੀ ਐਕਸਪੈਂਡਿੰਗ ਪਲਾਸਟਿਕ ਵੇਸਟ ਠੀਕ ਐ ਐਕਸਪੈਂਡਿੰਗ ਦਾ ਮਤਲਬ ਹੁੰਦਾ ਵਧਦਾ ਲਗਾਤਾਰ ਵਧਣਾ ਸੈਕਿੰਡ ਵੀ ਮਟੀਰੀਅਲ ਸ਼ੁਡ ਬੀ ਯੂਜ਼ਡ ਫੋਰ ਪੈਕਿੰਗ ਠੀਕ ਐ ਦੇਖੋ ਕਹਿੰਦਾ ਸੀ ਪੈਕਿੰਗ ਦੇ ਲਈ ਸਾਨੂੰ ਕੀ ਵਰਤਣਾ ਚਾਹੀਦਾ ਹੈਗਾ ਕੀ ਵਰਤਣਾ ਚਾਹੀਦਾ ਹੈਗਾ ਚੂਜ਼ ਗਲਾਸ অর ਪੇਪਰ ਪੈਕਿੰਗ ਤਾਂ ਦੇਖੋ ਇੱਥੇ ਗਲਾਸ ਆਪਸ਼ਨ ਤਾਂ ਨਹੀਂ ਹੈ ਬਟ ਪੇਪਰ ਹੈ ਇਸ ਕਰਕੇ ਡੀ ਆਪਸ਼ਨ ਆਪਣੇ ਕੋਲ கரੈਕਟ ਆ ਜਗੀ ਪੇਪਰ ਕੁਐਸਚਨ ਨੰਬਰ 3 ਵਟ ਡਸ ਐਂਟਰ ਵਾਟਰ ਵੇਜ਼ ਆਫਟਰ واਸ਼ਿੰਗ ਕਲੋਥਸ ਠੀਕ ਹੈ ਕਪੜੇ ਧੋਣ ਤੋਂ ਬਾਅਦ ਜਿਹੜੇ ਪਾਣੀ ਦੇ ਸਰੋਤ ਹੈਗੇ ਉਹਨਾਂ ਦੇ ਵਿੱਚ ਕੀ ਚੱਲ ਜਾਂਦੇ ਹੈਗੇ ਮਾਈਕਰੋ ਫਾਈਬਰਸ ਫਰਮ واਸ਼ਿੰਗ ਐਂਟਰ ਵਾਟਰ ਵੇਸ ਮਾਈਕਰੋ ਫਾਈਬਰ ਸੀ ਆਪਸ਼ਨ ਕਰੈਕਟ ਆ ਜੀ ਇਹਦੇ ਲਈ ਕੁਐਸਚਨ ਨੰਬਰ 4 ਹਾਊ ਮੱਚ ਪਲਾਸਟਿਕ ਡੈਬਰੀਸ ਫਲੋਟਸ ਓਨ ਦਾ ਸਰਫੇਸ ਦੇਖੋ ਕਿੱਥੇ ਜਿਸ ਆਪਣੇ ਕੋਲ ਇਹਦਾ ਆਨਸਰ ਆ ਰਿਹਾ ਠੀਕ ਹੈ ਅਬ ਅਬ 2 ਲੱਖ ਟਨਸ ਫਸਟ ਆਪਸ਼ਨ ਕਰੈਕਟ ਹੋ ਜਾਏਗੀ ਅਬ ਅਬ 2 ਲੱਖ ਟਨਸ ਠੀਕ ਨੈਕਸਟ ਆਪਣੇ ਕੋਲ ਰੀਡ ਦਾ ਡਾਇਲੋਗ ਐਂਡ ਅਨਸਰ ਦਾ ਕੁਐਸਚਨਸ ਥੈਟ ਫਾਲੋ ਤਾਂ ਦੋ ਵਿਅਕਤੀ ਅਗੇ تھے ਜਿਨ੍ਹਾਂ ਦੇ ਵਿਚਾਰੇ ਚੱਲ ਰਹੇ ਇੱਕ ਪ੍ਰਤਾਪ ਦੂਜਾ ਰਵਿੰਦਰ ਪ੍ਰਤਾਪ ਹਾਈ ਰਵਿੰਦਰ ਹਾਊ ਆਰ ਯੂ ਰਵਿੰਦਰ ਆਮ ਫਾਈਨ ਬਟ ਵਟ ਯੂ ਪ੍ਰਤਾਪ ਆਮ ਆਲਸੋ ਫਾਈਨ ਰਵਿੰਦਰ ਪ੍ਰਤਾਪ ਵਾਟਸ ਯੂਰ ਓਪੀਨੀਅਨ ਅਬਾਊਟ ਯੈਸਟਰਡੇਸ ਯੈਸਟਰਡੇਸ ਸਾਇੰਸ ਐਕਸੀਬਿਸ਼ਨ ਤੋ ਆਪ ਇਟ ਵਾਸ ਗ੍ਰੇਟ देयर वर many things to learn about I got a lot of knowledge from that ravinder ya yeah. our science exhibition should be like that full of knowledge i am very inspired by the lights which can be turned on and off by sounds okay. kuch lights si jaddiyan ke awaz de naal jagdiyan bujhdiyan san ye tusi note rakh ke sanu question aayega agge next pratap exactly bilkul that was great also the small dam model for energy generation was good take small dam model for energy generation Ravinder, that model got too much attention from the people pratap actually the tiny boat were also very interesting it's good to see how they work whole of the exhibition was good ਪ੍ਰਤਾਪ ওকে ਆਈ ਹੈਵ ਆਈ ਹੈਵ ਟੂ ਗੋ ਫਾਰ ਅ ਵਰਕ ਰਵਿੰਦਰ ওকে ਬਾਏ ਠੀਕ ਹੈ ਤਾਂ ਇਸ ਡਾਇਲੌਗਸ 베ਸ ਸਾਰੇ ਕੋਲ ਕੁਐਸਚਨ ਹੈਗੇ ਫਸਟ ਟਾਈਮ ਵਾਟ ਇਜ਼ ਦ ਕਨਵਰਸੇਸ਼ਨ ਅਬਾਊਟ ਠੀਕ ਹੈ ਹੁਣ ਜਿਹੜੀ ਕਨਵਰਸੇਸ਼ਨ ਸੀ ਉਹਦਾ ਸਬੰਧ ਕਿਹਦੇ ਨਾਲ ਸੀ ਦੇਖੋ ਕਾਦੇ ਨਾਲ ਸੀ ਵੀ ਸਾਇੰਸ ਫੇਅਰ ਸਾਇੰਸ ਐਕਸੀਬਿਸ਼ਨ ਜਾਂ ਫੇਅਰ ਨੈਕਸਟ ਕੁਐਸਚਨ ਵਾਟ ਵਾਸ ਦ ਯੂਜ਼ ਆਫ ਡੈਮ ਐਜ਼ ਸ਼ੋਨ ਵਾਈ ਇਟਸ ਮਾਡਲ ਹਾਂਜੀ ਉਹ ਕੀ ਕਹਿ ਰਿਹਾ ਸੀ ਠੀਕ ਹੈ ਡੈਮ ਮਾਡਲ ਟੂ ਜਨਰੇਟ ਇਲੈਕਟ੍ਰਿਸਿਟੀ ਠੀਕ ਹੈ ਬਿਜਲੀ ਪੈਦਾ ਕਰਨ ਦੇ ਲਈ ਨੰਬਰ 7 ਵਟ ਵਾਸ ਟਰਨਿੰਗ ਔਨ ਐਂਡ ਆਫ ਬਾਈ ਸਾਊਂਡਸ ਹਾਂਜੀ ਆਵਾਜ਼ ਨਾਲ ਕੀ ਜਗਦਾ ਬੁਝਦਾ ਸੀ ਵੀ ਲਾਈਟਸ ਗੁੱਡ ਨੰਬਰ 8 ਵਟ ਵਾਸ ਨਾਟ देयर ਇਨ ਦਾ ਐਕਸਪੀਸ਼ਨ ਹਾਂਜੀ ਤੇ ਲਾਈਟਸ ਵੀ ਸੀ ਮਾਡਲ ਆਫ ਡੈਮ ਸੀ ਸਾਊਂਡ ਤਾਂ ਕੀ ਨਹੀਂ ਸੀ ਮੋਬਾਈਲ ਫੋਨਸ ਨਹੀਂ ਠੀਕ ਬਿਲਕੁਲ ਈਜ਼ੀ ਸੀ ਨੈਕਸਟ ਸੈਕਸ਼ਨ ਬੀ ਟੈਕਸਟ ਬੁక్స్ ਟੈਕਸਟ ਬੁੱਕ ਦੇ ਵਿੱਚੋਂ ਕੁਐਸਚਨ ਆ ਗਿਆ ਆਪਣੇ ਕੋਲ ਫਸਟ ਹੈ ਵਟ ਵਰ ਦਾ ਫੀਚਰ ਆਫ A ਬੈਲ ਕੰਪਿਊਟਰ ਦੈਟ ਵਰ ਬੀਇੰਗ ਐਡਵਰਟਾਈਜ਼ਡ ਔਨ ਟੀਵੀ ਜਿਹੜੇ ਟੀਵੀ ਦੇ ਉੱਪਰ ਜਿਸ ਦੀ ਬਾਰ-ਬਾਰ ਮਸ਼ਹੂਰੀ ਆ ਰਹੀ ਸੀ ਬੈਲ ਕੰਪਿਊਟਰ ਦੀ ਉਹਦੀਆਂ ਕੀ ਵਿਸ਼ੇਸ਼ਤਾਵਾਂ ਸੀ ਠੀਕ ਹੈ ਫਾਸਟੈਸਟ ਪ੍ਰੋਸੈਸਰ ਸੀ ਹਾਈ ਸਟੋਰੇਜ ਸੀ ਤਾਂ ਡੀ ਆਪਸ਼ਨ ਆ ਜੇਗੀ ਬੋਥ ਬੀ ਐਂਡ ਸੀ ਦਾ ਫਾਸਟੈਸਟ ਪ੍ਰੋਸੈਸਰ ਐਂਡ ਦਾ ਹਾਈ ਸਟੋਰੇਜ ਕਵੈਸਚਨ ਨੰਬਰ 10 ਵਾਟ ਡਿਡ ਦਾ ਮਦਰ ਡਰਾਪ ਅਲੋਂਗ ਦਾ ਵੇ ਇਸ ਦਾ ਮਦਰ ਜਿਹੜਾ ਟਾਪਿਕ ਅਦੇ ਵਿੱਚ ਹੈਗਾ ਤਾਂ ਮਾਤਾ ਕੀ ਕਰ ਰਹੀ ਸੀ ਵੀ ਸੜਕ ਦੇ ਨਾਲ-ਨਾਲ ਕੁਝ ਟਾਣੀਆਂ ਸੁੱਟਦੀ ਜਾ ਰਹੀ ਸੀ ਤਾਂ ਜੋ ਉਹਦਾ ਪੁੱਤਰ ਵਾਪਸੀ ਸਮੇਂ ਰਸਤਾ ਨਾ ਭੁੱਲੇ ਠੀਕ ਹੈ ਤੇ ਕੀ ਡਗਦੀ ਸੀ ਟਵਿਗਸ ਟਵਿਗਸ ਨੰਬਰ 11 ਵਾਟ ਵਰ ਦਾ ਮੇਨ ਪੁਆਇੰਟਸ ਆਫ ਸੇਂਟ ਰਵਿਦਾਸ ਟੀਚਿੰਗ ਠੀਕ ਹੈ ਉਹਨਾਂ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਸੀ all are equal in the eyes of god ਪਰਮਾਤਮਾ ਦੀਆਂ ਅੱਖਾਂ ਦੇ ਵਿੱਚ ਸਾਰੇ ਬਰਾਬਰ ਹੈਗੇ all distinctions are meaningless ਠੀਕ ਹੈ ਸਾਰੀਆਂ ਦੂਰੀਆਂ ਜਾਂ ਭੇਦਭਾਵ ਵਿਅਰਥ ਹੈਗੇ ਇਹਨਾਂ ਦਾ ਕੋਈ ਮਤਲਬ ਨਹੀਂ untouchability is a sin against humanity ਠੀਕ ਹੈ ਜਿਹੜੀ ਸ਼ੂਤਛਾਤ ਹੈਗੀ ਉਹ ਮਨੁੱਖਤਾ ਦੇ ਸਾਹਮਣੇ ਇੱਕ ਪਾਪ ਹੈ all of the above ਤਾਂ ਡੀ ਆਪਸ਼ਨ ਆਪਣੇ ਕੋਲ ਕਰੈਕਟ ਆ ਜੇਗੀ ਕੁਐਸਚਨ ਨੰਬਰ 12 what ਡਿਡ ਹੈਰੀ ਆਸਕ ਫੋਰ ਠੀਕ ਹੈ ਜਿਹੜਾ ਹੈਰੀ ਸੀ ਠੀਕ ਹੈ ਉਹਨੇ ਕੀ ਮੰਗਿਆ ਸੀ ਕੀ ਕਹਿ ਰਿਹਾ ਸੀ ਉਹ ਕਾਦੀ ਮੰਗ ਕੀਤੀ ਸੀ ਉਹਨੇ ਸਿਕਸ ਤੋਂ ਤਾਂ ਉਹਨੇ ਮੰਗਿਆ ਸੀ ਅ ਬਿਗ ਹਾਊਸ ਐਂਡ 10 ਕਾਸ ਬੀ ਆਪਸ਼ਨ ਕਰੈਕਟ ਆ ਜਾਏਗਾ ਆਪਣੇ ਕੋਲ ਕੁਐਸਚਨ ਨੰਬਰ 13 ਵਾਈ ਕੁਡ ਦ ਸੇ ਨਾਟ ਕ੍ਰਾਸ ਦਾ ਰਿਵਰ ਹਾਂਜੀ ਬਿਕੋਜ਼ देयर ਵਾਸ ਨੋ ਬੋਟ ਕਿਉਂਕਿ ਉੱਥੇ ਕੋਈ ਵੀ ਕਿਸ਼ਤੀ ਨਹੀਂ ਸੀ ਵੈਨ ਐਂਡ ਵੇਅਰ ਵਾਸ ਸੈਂਟ ਰਵਿਦਾਸ ਬੋਰਨ हाँ जी उन्होंने जन्म कदम सी इन थर्टीन सैवनटी सैवन इन बनारस क्वेश्चन नंबर फिफ्टीन वट इज़ द मीनिंग ऑफ द वर्ड पलाइट हाँ जी पलाइट मींस दुर्दशा पलाइट मींस दुर्दशा क्वेश्चन नंबर सिक्सटीन वट इज़ द मीनिंग ऑफ द वर्ड फ्रैलिटी हाँ जी फ्रैलिटी का मतलब किसी कमजोरी ठीक दुर्बलता कमजोरी ज दुर्बलता ਨੰਬਰ 17 ਹੂ ਸੈਡ ðiਜ਼ ਵਰਡ ਐਂਡ ਟੂ ਹੂ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਠੀਕ ਹੈ ਗੇਵ ਮੀ ਮੋਰ ਚੋਰਸ ਵੈਲਿਊ ਆਫ ði ਮਨੀ ਹਾਂਜੀ ਕਿਹਨੇ ਕਿਹਾ ਸੀ ਨਰੇਟਰ ਨੇ ਆਪਣੇ ਫਾਦਰ ਨੂੰ ਦਾ ਨਰੇਟਰ ਟੂ ਹਰ ਫਾਦਰ ਕੁਐਸਚਨ ਨੰਬਰ 18 ਆਇਡੈਂਟੀਫਾਈ ਦਾ ਅੰਡਰਲਾਈਨਡ ਕੈਰੈਕਟਰ ਇਨ ਦਾ 기ਵਨ ਸੈਂਟੈਂਸ ਹੀ ਲਿਸਨਡ ਐਂਡ ਮੈਡੀਟੇਟਡ ਇਨ ਸਾਇਲੈਂਸ ਦਾ ਏਜ਼ਡ ਮਦਰ ਲੈਸਨ ਦੇ ਵਿੱਚੋਂ ਹੈਗਾ ਉਸਨੇ ਸੁਣਿਆ ਤੇ ਉਹ ਇੱਕ ਸ਼ਾਂਤ ਜਗ੍ਹਾ ਦੇ ਉੱਪਰ ਸ਼ਾਂਤੀ ਦੇ ਨਾਲ ਮੈਡੀਟੇਸ਼ਨ ਕਰਨ ਬੈਠ ਗਿਆ ਹਾਂਜੀ ਤਾਂ ਇਹਦਾ ਆਨਸਰ ਕੀ ਆ ਜਾਏਗਾ ਆਪਣੇ ਕੋਲ ਦੇਖੋ ਇਹਦੇ ਵਿੱਚੋਂ ਕਿਹੜਾ ਆਨਸਰ ਸਹੀ ਆ ਜਾਏਗਾ ਸਾਡੇ ਕੋਲ ਸੈਕਿੰਡ ਆ ਜਾਏਗਾ ਦ ਫਾਰਮਰ ਹਾਂਜੀ ਨੈਕਸਟ ਹੈ ਰੀਡ ਦਾ 기ਵਨ ਸਟੈਂਜ ਐਂਡ ਆਨਸਰ ਦਾ ਕੁਐਸਚਨਸ 19 ਟੂ 20 and you never can tell just how close you are it may be near when it seems afar so stick to the fight when you are hardest hit it's when things seem worst that you must not quit ta dekho ede vichon saada poem name ki huje ga don't quit name the poem and the poet name the poem don't quit ਤੇ ਪੋਇਮ ਪੋਇਟ ਨੇ ਮੈਂ ਆਪਣੇ ਕੋਲ ਅੱਜ ਐਡ ਕਰ ਗੈਸਟ ਠੀਕ ਹੈ ਤਾਂ b অপশন আজেਗੀ ਪੋਇਮ ਨੇਮ ਹੈਗਾ डोंਟ ਕੁਇਟ ਪੋਇਟ ਨੇਮ ਹੈ ਐਡ ਕਰਾ ਗੈਸਟ ਨੰਬਰ 20 what should be done when things seem bust ਠੀਕ ਹੈ ਕਹਿੰਦਾ ਜਦੋਂ ਸਾਨੂੰ ਹਾਲਾਤ ਜਾਂ ਚੀਜ਼ਾਂ वह नहीं लग रही तो उस समय की करना चाहता गा हाँ जी की करना चाहता गा नॉट क्विट वी शुड नॉट क्विट क्वेश्चन नंबर ट्वेंटी वन वट आर सम सिंगल यूज प्लास्टिक थिंग्स दैट वी वाई एंड यूज हाँ जी प्लास्टिक बैग्स स्ट्रॉस Water bottles all of the above. Number 22. What